ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਮੇਰੇ ਚੈਨਲ ਮਨਦੀਪ ਕੁਕਿੰਗ ਵਿੱਚ ਸਵਾਗਤ ਹੈ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਅਤੇ ਬ੍ਰੈਡ ਦਾ ਟੇਸਟੀ ਨਾਸ਼ਤਾ। ਚਲੋ ਬਣਾਉਣਾ ਸਟਾਰਟ ਕਰਦੇ ਹਾਂ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚਲੋ ਸਟਾਰਟ ਕਰੀਏ। ਇਸਦੇ ਲਈ ਚਾਹੀਦੇ ਹਨ ਬ੍ਰੈਡ। ਚਾਰ ਪੰਜ ਬ੍ਰੈਡ ਨੂੰ ਮੈਂ ਤੋੜ ਲਿਆ, ਮਸ਼ੀਨ ਵਿੱਚ ਪਾ ਕੇ ਇਹਨਾਂ ਨੂੰ ਗਰਾਇੰਡ ਕਰਾਂਗੇ। ਉਬਲੇ ਹੋਏ ਚਾਰ ਆਲੂ, ਇਹਨਾਂ ਨੂੰ ਵੀ ਕੱਦੂਕਸ ਕਰ ਲਿਆ ਮੈਂ। ਇੱਕ ਬਾਰੀ ਕੱਟਿਆ ਹੋਇਆ ਪਿਆਜ਼, ਤਿੰਨ ਚਾਰ ਹਰੀਆਂ ਮਿਰਚਾਂ ਅਤੇ ਕੌਰਨ ਸਟਾਰਚ 2 ਚਮਚ ਵੱਡੇ। ਬ੍ਰੈਡ ਦਾ ਅਸੀਂ ਚੂਰਾ ਕਰ ਲਿਆ ਹੈ। ਹੁਣ ਅਸੀਂ ਇਹ ਸਾਰੀ ਸਮੱਗਰੀ ਨੂੰ ਵੱਡੇ ਬਰਤਨ ਵਿੱਚ ਪਾ ਕੇ ਮਿਕਸ ਕਰਾਂਗੇ। ਸਭ ਤੋਂ ਪਹਿਲਾਂ ਆਲੂ ਪਾਵਾਂਗੇ। ਫਿਰ ਵਿੱਚ ਬ੍ਰੈਡਾਂ ਦਾ ਚੂਰਾ, ਬ੍ਰੈਡਾਂ ਦਾ ਚੂਰਾ ਪਾ ਦੇਵਾਂਗੇ। ਫਿਰ ਇਹਦੇ ਵਿੱਚ ਪਿਆਜ਼ ਅਤੇ ਹਰੀਆਂ ਮਿਰਚਾਂ, ਨਾਲ ਹੀ ਕੌਰਨ ਸਟਾਰਚ। ਕੌਰਨ ਸਟਾਰਚ ਪਾ ਦਿੱਤਾ। ਹੁਣ ਅਸੀਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ। ਬਲੈਕ ਪੈਪਰ, ਸਵਾਦ ਅਨੁਸਾਰ ਨਮਕ, ਘਰ ਦਾ ਤਿਆਰ ਕੀਤਾ ਹੋਇਆ ਮਸਾਲਾ, ਚਾਟ ਮਸਾਲਾ, ਚਿੱਲੀ ਫਲੈਕਸ। ਹੁਣ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ। ਸਾਡਾ ਡੋ ਤਿਆਰ ਹੋ ਗਿਆ ਹੈ। ਹੁਣ ਅਸੀਂ ਹੱਥ ਨੂੰ ਓਇਲ ਲਾ ਕੇ ਛੋਟੇ ਛੋਟੇ ਜਿਹੇ ਇਸ ਤਰ੍ਹਾਂ ਲੈ ਕੇ, ਸ਼ੇਪ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਦੇ ਸਕਦੇ ਹੋ। ਟਿੱਕੀ ਸ਼ੇਪ ਦੇਣਾ ਚਾਹੁੰਦੇ ਹੋ ਤਾਂ ਟਿੱਕੀ ਸ਼ੇਪ, ਇਸ ਤਰ੍ਹਾਂ ਦੀ ਛੋਟੇ ਛੋਟੇ ਗੋਲ ਸ਼ੇਪ ਵੀ ਦੇ ਸਕਦੇ ਹਾਂ। ਮੈਂ ਇਸ ਤਰ੍ਹਾਂ ਦੀ ਦੇ ਰਹੀ ਹਾਂ। ਇਸੇ ਤਰ੍ਹਾਂ ਮੈਂ ਸਾਰੇ ਡੋ ਦਾ ਤਿਆਰ ਕਰ ਲੂੰਗੀ ਸਨੈਕਸ। ਅਸੀਂ ਸਾਰੇ ਸਨੈਕਸ ਰੈਡੀ ਕਰ ਲਏ ਹਾਂ। ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ। ਕੜਾਹੀ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ। ਹੁਣ ਅਸੀਂ ਇੱਕ ਬੋਇਲ ਵਿੱਚ 2 ਚਮਚ ਕੌਰਨ ਸਟਾਰਚ ਲਵਾਂਗੇ ਅਤੇ 1 ਪਲੇਟ ਵਿੱਚ ਬ੍ਰੈਡਾਂ ਦਾ ਚੂਰਾ। ਹੁਣ ਅਸੀਂ ਕੌਰਨ ਸਟਾਰਚ ਵਿੱਚ ਪਾਣੀ ਪਾਵਾਂਗੇ। ਇਹਨੂੰ ਪਤਲਾ ਜਿਹਾ ਇਹਦਾ ਡੋ ਤਿਆਰ ਕਰਨਾ। ਇਹਦੇ ਵਿੱਚ ਲਬਸ ਨਹੀਂ ਰਹਿਣੇ ਚਾਹੀਦੇ, ਕੋਈ ਵੀ ਗੁੱਠੀ ਨਹੀਂ ਰਹੇ। ਸਾਨੂੰ ਇਸ ਤਰ੍ਹਾਂ ਦਾ ਡੋ ਤਿਆਰ ਚਾਹੀਦਾ ਹੈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ। ਬਿਲਕੁਲ ਅਸੀਂ ਇਸ ਤਰ੍ਹਾਂ ਰੈਡੀ ਕਰਾਂਗੇ ਬਾਕੀ ਸਾਰੇ ਵੀ। ਸਾਰੇ ਸਨੈਕਸ ਮੈਂ ਰੈਡੀ ਕਰ ਲਏ ਆ। ਹੁਣ ਚਲੋ ਇਹਨੂੰ ਫਰਾਈ ਕਰਦੇ ਹਾਂ। ਹੁਣ ਅਸੀਂ ਇਹਨਾਂ ਨੂੰ ਪਲਟਾਂਗੇ। ਦੇਖੋ ਕਿੰਨੇ ਸੋਹਣੇ ਲੱਗਦੇ ਆ। ਸਾਡੇ ਸਨੈਕਸ ਬਣ ਕੇ ਤਿਆਰ ਆ। ਹੁਣ ਅਸੀਂ ਇਹਨਾਂ ਨੂੰ 1 ਪਲੇਟ ਵਿੱਚ ਕੱਢਾਂਗੇ। ਇਸੇ ਤਰ੍ਹਾਂ ਅਸੀਂ ਬਾਕੀ ਸਨੈਕਸ ਵੀ ਫਰਾਈ ਕਰ ਲਵਾਂਗੇ।
ਅਸੀਂ ਪਲੇਟ ਵਿੱਚ ਟਿਸ਼ੂ ਰੱਖ ਦਿੱਤਾ ਸੀ ਤਾਂ ਜੋ ਐਕਸਟਰਾ ਆਇਲ ਸੋਸ ਕਰ ਲਵੇ। ਸਾਡੇ ਸਨੈਕਸ ਰੈਡੀ ਹੋ ਗਏ, ਹੁਣ ਅਸੀਂ ਇਹਨਾਂ ਨੂੰ ਵੀ ਬਾਹਰ ਕੱਢ ਲਵਾਂਗੇ। ਹੁਣ ਅਸੀਂ ਇਹਨਾਂ ਦੀ ਪਲੇਟਿੰਗ ਕਰਾਂਗੇ। ਅਸੀਂ ਪਲੇਟਿੰਗ ਕਰ ਲਈ ਹੈ, ਕਿੰਨੀ ਸੋਹਣੀ ਲੱਗਦੀ ਹੈ। ਇਹ ਬਹੁਤ ਨਾਸ਼ਤਾ ਟੇਸਟੀ ਬਣਿਆ ਅਤੇ ਕ੍ਰਿਸਪੀ, ਅੰਦਰ ਸੇ ਨਰਮ ਅਤੇ ਬਾਹਰ ਸੇ ਕ੍ਰਿਸਪੀ। ਤੁਸੀਂ ਵੀ ਪਲੀਜ਼ ਜ਼ਰੂਰ ਟਰਾਈ ਕਰਿਓ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਨਾ ਨਾ ਭੁੱਲਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।